ਤੁਸੀਂ ਜਦੋਂ ਮੂਸਾ ਪਿੰਡ ਗਏ ਸੀ ਬੇਬੇ ਬਾਪੂ ਨਾਲ ਮਿਲੇ ਤੁਸੀਂ ਤੇ ਉਦੋਂ ਕੀ ਗੱਲਬਾਤ ਹੋਈ ਤੇ ਤੁਸੀਂ ਮਤਲਬ ਕੀ ਸੋਚ ਕੇ ਗਏ ਸੀ ਕਿ ਕਿ ਬੁੱਕ ਤੁਸੀਂ ਉਦੋਂ ਪ੍ਰਿੰਟ ਕਰਵਾ ਚੁੱਕੇ ਸੀ ਸਾਰੇ ਨਹੀਂ ਨਹੀਂ ਪਹਿਲਾਂ ਮੈਸੇਜ ਵਾਦ ਲੈਣ ਗਿਆ ਸੀ ਜੀ ਸਭ ਪਹਿਲਾਂ ਮੈਂ ਉਹਨਾਂ ਨੂੰ ਪੁੱਛ ਨਹੀਂ ਗਿਆ ਸੀਗਾ ਵੀ ਮੇਰੇ ਇੱਕ ਦਿਲ ਦੀ ਤਮੰਨਾ ਮੈਂ ਸਿੱਧੂ ਮੂਸੇਵਾਲੇ ਬਾਈ ਤੇ ਬੁੱਕ ਲਿਖਾਂ ਤੇ ਮਾਤਾ ਜੀ ਮਿਲੇ ਸੀ ਮੈਨੂੰ ਬਾਪੂ ਜੀ ਵੀ ਉਸ ਟਾਈਮ ਮਿਲੇ ਸੀ ਤੇ ਦਾਹ ਜੀ ਚਮਕੌਰ ਸਿੰਘ ਵੀ ਸੀਗੇ ਉਹਦੇ ਉਹ ਵੀ ਮਿਲੇ ਸੀ ਤੇ ਉਹਨਾਂ ਨੇ ਆਸ਼ੀਰਵਾਦ ਹੀ ਦਿੱਤਾ ਸੀਗਾ ਤੇ ਮੈਂ ਵਾਦਾ ਵੀ ਕਰਕੇ ਆਇਆ ਸੀ ਵੀ ਮੈਂ ਸਿੱਧੂ ਮਸੇਵਾਲੇ ਦੀ ਬarsi ਦੇ ਉੱਤੇ ਤਾਂ ਵੀ ਕਿਤਾਬਾਂ ਫ੍ਰੀ ਵੀ ਵੰਡਾਂਗਾ ਤੇ ਉਹ ਮੈਂ ਵਾਦਾ ਪੂਰਾ ਵੀ ਕਰਕੇ ਆਇਆ तकरीबन ਮੈਂ 1000 ਬੁੱਕਸ ਉੱਥੇ ਫ੍ਰੀ ਵੰਡੀ ਸੀ ਤੇ ਉਹ ਚੈਨ ਮੇਰੀ ਹਾਲੇ ਲਗਤਾ ਜਾ ਰਹੀ ਹੈ ਉਸ ਤੋਂ ਬਾਅਦ ਵੀ ਮੈਂ ਪ੍ਰਿੰਟ ਕਢਾਏ ਨੇ ਆਪਣੀ ਕਿਤਾਬ ਦੇ ਤੇ ਸਿੱਧੂ ਮਸੇਵਾਲੇ ਦੇ ਜਾਉਣ ਵਾਲਿਆਂ ਤੱਕ ਮੈਂ ਪਹੁੰਚਾਣ ਦੀ ਕੋਸ਼ਿਸ਼ ਵੀ ਬਹੁਤ ਕੀਤੀ ਆ ਤੇ ਮੇਰਾ ਇੱਕ ਹੋਰ ਵੀ ਮੋਟਿਵ ਸੀਗਾ ਵੀ ਕਿ ਮੈਂ ਜੋ ਸਿੱਧੂ ਮੂਸੇਵਾਲੇ ਦੀ ਫੋਟੋ ਆ ਇਹ ਫੋਟੋ ਮੈਂ ਹਰ ਘਰ ਤੱਕ ਪਹੁੰਚਾਵਾਂ ਮੇਰੀ ਕਿਤਾਬ ਤਾਂ ਜਾਵੇ ਤੇ ਨਾਲ ਸਿੱਧੂ ਮੂਸੇਵਾਲੇ ਦੀ ਫੋਟੋ ਵੀ ਹਰ ਘਰ ਚ ਜਾਵੇ ਤਾਂ ਕਿ ਮੇਰੇ ਦਿਲ ਨੂੰ ਵੀ ਸਕੂਨ ਮਿਲੇ ਵੀ ਹਾਂ ਸਿੱਧੂ ਮੂਸੇਵਾਲੇ ਲਈ ਮੈਂ ਕੁਝ ਕੀਤਾ ਜੋ ਸਾਡੀ ਮਿਲਣ ਦੀ ਤਾਂ ਇੱਕ ਤਮੰਨਾ ਉਹ ਦਿਲ 'ਚ ਰਹਿ ਗਈ ਪਰ ਮੈਂ ਜਾਣਨਾ ਵੀ ਜੋ ਮੇਤੂ 100% ਹੋਵੇ ਮੈਂ ਉਹ ਕਰਕੇ ਵਿਖਾਵਾਂ ਸੋ ਉਦੋਂ ਬੇਬੇ ਬਾਪੂ ਨਾਲ ਕੀ ਗੱਲਬਾਤ ਹੋਈ ਸੀ ਉਹਨਾਂ ਨੇ ਕੀ ਇਹਦਾ ਰਿਸਪਾਂਸ ਦਿੱਤਾ ਕੀ ਕਿ ਉਹਨਾਂ ਨੇ ਦੇਖੋ ਉਹ ਤਾਂ ਇੱਕ ਰੱਬੀ ਰੋ ਇ ਕੋਲ ਤਾਂ ਸਿਰਫ ਆਸ਼ੀਰਵਾਦ ਸੀਗਾ ਜੀ ਉਹ ਤਾਂ ਹਾਂ ਜੀ ਜਵਾਬ ਦਿੰਦੇ ਸੀ ਸਾਰਾ ਤੇ ਇਹ ਵੀ ਖੁਸ਼ੀ ਵੀ ਹੁੰਨੇ ਆ ਵੀ ਹਾਂ ਸਾਡੇ ਪੁੱਤ ਦੀ ਕਮਾਈ ਆਈ ਐ ਸਿੱਧੂ ਮਸੇਵਾਲੇ ਦੀ ਕਮਾਈ ਆਈ ਐ ਕਿ ਲੋਕੀ ਦੂਰੋਂ ਦੂਰੋਂ ਚੱਲ ਕੇ ਉਹਨੂੰ ਸਜਦਾ ਕਰਨ ਆਉਂਦੇ ਨੇ ਉਹਦੀ ਸਮਾਧ ਤੇ ਸਜਦਾ ਕਰਨ ਆਉਂਦੇ ਨੇ ਤੇ ਆਪਣੇ ਵੱਲੋਂ ਤੁਸੀਂ ਇਹ ਲਗਾ ਲਓ ਵੀ ਉੱਥੇ ਛੋਟੇ ਛੋਟੇ ਬੱਚੇ ਆ ਕੇ ਉਹ ਕਵਿਤਾਵਾਂ ਲਿਖ ਕੇ ਲੈ ਕੇ ਆਉਂਦੇ ਨੇ ਕੋਈ ਗੀਤ ਲਿਖ ਕੇ ਲੈ ਕੇ ਆਂਦਾ ਉਹ ਸਿੱਧੂ ਮਸੇਵਾਲੇ ਨੂੰ ਜਿੱਦਾਂ ਵੀ ਉਹਨਾਂ ਤੋਂ ਹੁੰਦਾ ਉਹ ਸ਼ਰਧਾਂਜਲੀ ਦਿੰਦੇ ਨੇ ਤੇ ਆਸ਼ੀਰਵਾਦ ਸੀ ਉਹਨਾਂ ਕੋਲ ਉਹ ਹਮੇਸ਼ਾ ਮੇਰੇ ਨਾਲ ਰਹੇਗਾ ਆਸ਼ੀਰਵਾਦ ਮੈਨੂੰ ਉਹਨ